ਸੰਗਤ ਨੂੰ ਦਾਸ ਜੀਵਨ ਸਿੰਘ ਚਨਾਗਰਾ ਫਤਿਹ ਅਰਜ ਕਰਦਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਆਪ ਸਭ ਸੰਗਤਾਂ ਨੂੰ ਪਤਾ ਹੀ ਹੈ ਕਿ 15, 16 ਅਤੇ 17 ਜਨਵਰੀ ਨੂੰ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹਰ ਸਾਲ ਗੁਰਮਤਿ ਸਮਾਗਮ 3 ਰੋਜ਼ੇ ਦੀਵਾਨ ਗੁਰਮਤਿ ਸਮਾਗਮ ਕਰਵਾਇਆ ਜਾਂਦਾ ਹੈ ਪਿੰਡ ਚੁਨਾਗਰਾ ਨੇੜੇ ਪਾਤਰਾ। ਸੋ ਸਿੰਘ ਸਾਹਿਬ ਜਥੇਦਾਰ ਬਲਜੀਤ ਸਿੰਘ ਜੀ ਦਾਦੂਵਾਲ ਸਾਹਿਬ ਜਿਨ੍ਹਾਂ ਵੱਲੋਂ 3 ਦਿਨ ਹਾਜ਼ਰੀ ਭਰੀ ਜਾਂਦੀ ਹੈ। ਸੋ ਆਪ ਸਭ ਸੰਗਤਾਂ ਨੂੰ ਬੇਨਤੀ ਹੈ ਕਿ ਸਮੇਂ ਸਿਰ ਜ਼ਰੂਰ ਪੁੱਜਣਾ ਜੀ। ਅੰਮ੍ਰਿਤ ਸੰਚਾਰ 17 ਤਰੀਕ ਸਵੇਰੇ ਅੰਮ੍ਰਿਤ ਦਾ ਵਾਟਾ ਤਿਆਰ ਹੋਣਾ, ਸੁਬਾਹ ਚੜ੍ਹ ਕੇ ਅੰਮ੍ਰਿਤ ਛਕੋ, ਖੰਡੇ ਵਾਟੇ ਦੀ ਪੌਲ ਲਓ, ਗੁਰੂ ਵਾਲੇ ਬਣੋ। ਸੋ ਸਾਰੀਆਂ ਤਿਆਰੀਆਂ ਜਿਹੜੀਆਂ ਹੋ ਚੁੱਕੀਆਂ ਨੇ, ਪੰਡਾਲ ਸੱਜ ਚੁੱਕਿਆ, ਅਤੇ ਨੌਜਵਾਨ ਲਗਾਤਾਰ ਲੱਗੇ ਹੋਏ ਨੇ ਸੇਵਾ ਕਰਨ। ਸਾਰੇ ਪੰਡਾਲ ਦੀਆਂ ਤੁਸੀਂ ਦੇਖ ਰਹੇ ਹੋ ਕਿ ਤਿਆਰੀਆਂ ਹੋ ਚੁੱਕੀਆਂ, ਅਤੇ ਬਹੁਤ ਸਾਰੇ ਕੌਮ ਦੇ ਪ੍ਰਸਿੱਧ ਰਾਗੀ ਢਾਡੀ ਮਹਾਂਪੁਰਸ਼ ਪ੍ਰਚਾਰ ਕੇ ਸਮਾਗਮ ਦੇ ਵਿੱਚ ਪਹੁੰਚਦੇ ਹੈ। ਸੋ ਆਪ ਸਭ ਸੰਗਤਾਂ ਨੂੰ ਬੇਨਤੀ ਹੈ ਕਿ ਸਮੇਂ ਸਿਰ ਪਹੁੰਚ ਜਾਇਓ। ਕੱਲ੍ਹ 15 ਤਰੀਕ ਪਹਿਲਾ ਦੀਵਾਨ ਜਿਹੜਾ ਸ਼ੁਰੂ ਹੋਣਾ। ਸੋ ਆਪ ਸਭ ਸੰਗਤਾਂ ਨੇ ਪਹੁੰਚਣਾ, ਸੋ ਆਪ ਜੀ ਨੂੰ ਦਿਖਾਉਂਦੇ ਹਾਂ ਜਿਹੜੀਆਂ ਸਾਡੇ ਵੱਲੋਂ ਹੋ ਚੁੱਕੀਆਂ ਨੇ ਸੰਗਤਾਂ ਦੇ ਸਹਿਯੋਗ ਨਾਲ। ਸਾਰੀਆਂ ਸੰਗਤਾਂ ਨਗਰ ਦੇ ਨੌਜਵਾਨ ਲੱਗੇ ਹੋਏ ਨੇ ਸੇਵਾ ਦੇ ਵਿੱਚ। ਲੰਗਰ ਬਣਾਉਣ ਵਾਲਾ ਜਿਹੜਾ ਤਿਆਰੀ ਹੋ ਚੁੱਕੀ ਹੈ ਲੰਗਰ ਬਣਾਉਣ ਦੀ, ਲੰਗਰ ਬਣਾਇਆ ਜਾਊਗਾ। ਇੱਧਰ ਭਾਂਡੇ ਧੋਣ ਦਾ ਪ੍ਰਬੰਧ ਜਿਹੜਾ ਸਾਰਾ ਰੱਖਿਆ ਗਿਆ। ਨੌਜਵਾਨ ਭਾਂਡੇ ਧੋਣ ਵਾਲਾ ਸਾਰਾ ਪ੍ਰਬੰਧ ਜਿਹੜਾ ਹੈਗਾ ਕੀਤਾ ਗਿਆ। ਸੋ ਬਸ ਆਪ ਸਭ ਸੰਗਤਾਂ ਨੂੰ ਬੇਨਤੀ ਹੈ ਕਿ ਸਮੇਂ ਸਿਰ ਜ਼ਰੂਰ ਪੁੱਜਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।